ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਤਖ਼ਤ ਸ੍ਰੀ ਦਮਦਮਾ ਸਾਹਿਬ ਬੁੰਗਾ ਮਸਤੂਆਣਾ ਤਲਵੰਡੀ ਸਾਬੋ, ਜੋ ਤਖ਼ਤ ਸਾਹਿਬ ਦੇ ਨਜ਼ਦੀਕ ਹੀ ਹੈ, ਉਸ ਪਾਵਨ ਸਥਾਨ 'ਤੇ ਬੈਠੇ ਹਾਂ ਅਤੇ ਜੂਨ 1984 ਦੇ ਸਾਕੇ ਬਾਰੇ ਵਿਚਾਰ ਕਰ ਰਹੇ ਹਾਂ। 2 ਜੂਨ ਤੋਂ ਲੈ ਕੇ ਪੰਜਾਬ ਪੁਲਿਸ CRPF ਨੇ ਸਾਰੇ ਹੀ ਤਲਵੰਡੀ ਨੂੰ ਘੇਰਾ ਪਾਇਆ ਹੋਇਆ ਸੀ। ਤਖ਼ਤ ਸ੍ਰੀ ਦਮਦਮਾ ਸਾਹਿਬ, ਬੁੰਗਾ ਮਸਤੂਆਣਾ ਸਾਹਿਬ, ਹੋਰ ਅਸਥਾਨਾਂ 'ਤੇ, ਸਾਰੇ ਹੀ ਅਸਥਾਨਾਂ 'ਤੇ ਪੰਜਾਬ ਪੁਲਿਸ CRP ਦਾ ਸਖ਼ਤ ਪਹਿਰਾ ਸੀ। ਤਕਰੀਬਨ 3-4 ਦਿਨ ਬਹੁਤ ਸਖ਼ਤੀ ਨਾਲ ਪੰਜਾਬ ਪੁਲਿਸ ਅਤੇ CRP ਪੂਰੀ ਨਜ਼ਰ ਰੱਖ ਰਹੀ ਸੀ। 5 ਜੂਨ 1984 ਦੀ ਰਾਤ ਨੂੰ ਫੌਜ ਆਈ। ਫੌਜ ਨੇ ਆ ਕੇ 4 ਸਪੇਰੇ ਘੇਰਾ ਪਾ ਲਿਆ। ਟੈਂਕ ਆਏ, ਗੱਡੀਆਂ ਆਈਆਂ, ਮਸ਼ੀਨ ਗੰਨਾਂ ਆਈਆਂ, ਗਿਣਤੀ ਤੋਂ ਬਾਹਰ ਹੀ ਫੌਜ ਇੱਥੇ ਆਈ। 5 ਜੂਨ 1984 ਦੀ ਰਾਤ ਨੂੰ ਸਾਨੂੰ ਸਾਰਿਆਂ ਨੂੰ ਗੁਰਦੁਆਰਾ ਬੁੰਗਾ ਮਸਤੂਆਣਾ ਸਾਹਿਬ ਵਿਖੇ ਅਨਾਊਂਸਮੈਂਟ ਕੀਤਾ ਗਿਆ ਕਿ ਜਿੰਨੇ ਵੀ ਗੁਰਦੁਆਰਾ ਮਸਤੂਆਣਾ ਦੇ ਵਿੱਚ ਰਹਿੰਦੇ ਹੋ, ਸਾਰੇ ਬਾਹਰ ਆ ਜਾਓ। 4 ਸਪੇਰੇ ਦੋਵੇਂ ਹੀ ਡਿਊਟੀਆਂ, ਸਰੋਵਰ ਵਾਲੀ ਡਿਊਟੀ, ਪਿੰਡ ਵਾਲੀ ਡਿਊਟੀ, ਦੋਵੇਂ ਹੀ ਬੰਦ ਕੀਤੀਆਂ ਹੋਈਆਂ ਸਨ। ਪਰ ਜਿਹੜੀ ਵੀ ਅਸੀਂ ਡਿਊਟੀ ਖੋਲ੍ਹਦੇ ਸੀ ਤਾਂ ਫੌਜ ਵਾਲੇ ਕਹਿੰਦੇ ਸਨ, ਅੰਦਰ ਹੋ ਜਾਓ, ਗੋਲੀ ਮਾਰ ਦਿੱਤੀ ਜਾਵੇਗੀ। ਅਸੀਂ ਫਿਰ ਅੰਦਰ ਹੋ ਜਾਂਦੇ ਸੀ, ਬਾਹਰੋਂ ਅਨਾਊਂਸਮੈਂਟ ਹੋ ਜਾਂਦੀ ਸੀ ਵੀ ਬਾਹਰ ਆਓ। ਪਰ ਜਦੋਂ ਬਾਹਰ ਜਾਂਦੇ ਸੀ ਉਦੋਂ ਫੌਜ ਵਾਲੇ ਕਹਿੰਦੇ ਸੀ ਵੀ ਗੋਲੀ ਮਾਰ ਦਿੱਤੀ ਜਾਏਗੀ, ਅੰਦਰ ਆ ਜਾਓ। ਅਸੀਂ ਤਕਰੀਬਨ ਰਾਤ ਦੇ 11:45 ਹੋ ਗਏ ਸਨ ਜਦੋਂ ਸਾਨੂੰ ਇੱਕ ਅਫਸਰ ਨੇ ਆ ਕੇ ਡਿਊਟੀਆਂ ਖੁਲਵਾਈਆਂ ਅਤੇ ਅਸੀਂ ਸਰੋਵਰ ਵਾਲੇ ਪਾਸੇ ਦੀ ਸਾਰੇ ਹੀ ਸਿੰਘ ਸਮੇਤ ਇੱਥੋਂ ਦੇ ਵੱਡੇ ਬਜ਼ੁਰਗਾਂ ਦੇ ਸਾਰੇ ਵਿਦਿਆਰਥੀ ਅਸੀਂ ਸਰੋਵਰ ਵਾਲੇ ਪਾਸੇ ਦੀ ਸਾਨੂੰ ਲੈ ਕੇ ਗੁਰਦੁਆਰਾ ਲਿਖਣ ਸਾਹਿਬ ਦੇ ਤਖ਼ਤ ਸਾਹਿਬ ਦੇ ਸਾਹਮਣੇ ਸਾਨੂੰ ਲਿਜਾਇਆ ਗਿਆ। ਜਦੋਂ ਅਸੀਂ ਡਿਊਟੀ ਤੋਂ ਬਾਹਰ ਆਏ ਤਾਂ ਵੇਖਿਆ 4 ਸਪੇਰੇ ਟੈਂਕ ਲੱਗੇ ਹੋਏ ਸਨ, ਬਖਤਰਬਾਦ ਗੱਡੀਆਂ ਲੱਗੀਆਂ ਹੋਈਆਂ ਸਨ, ਚੱਪੇ ਚੱਪੇ 'ਤੇ ਫੌਜ ਸੀ, ਮਸ਼ੀਨ ਗੰਨਾਂ ਸਨ, ਬੀੜੀਆਂ ਹੋਈਆਂ ਸਨ ਸਾਰੀਆਂ। ਫੌਜ ਦੀ ਗਿਣਤੀ ਇੰਨੀ ਸੀ ਕਿ ਅਸੀਂ ਦੇਖ ਨਹੀਂ ਸਕਦੇ ਸੀਗੇ, 4 ਸਪੇਰੇ ਫੌਜ ਹੀ ਫੌਜ ਸੀ। ਰਾਤ ਦੇ ਹਨੇਰੇ ਵਿੱਚ ਸਾਨੂੰ ਲਿਖਣਸਰ ਸਾਹਿਬ ਵਿਖੇ ਲਿਜਾਇਆ ਗਿਆ ਔਰ ਉੱਥੇ ਜਾ ਕੇ ਸਾਡੀ ਗਿਣਤੀ ਹੋਈ। ਤਕਰੀਬਨ ਰਾਤ ਦੇ 12 ਵਜੇ ਤੋਂ ਲੈ ਕੇ ਸਾਨੂੰ ਸੁਬਾਹ ਤੱਕ ਸਾਡੀ ਗਿਣਤੀ ਹੁੰਦੀ ਰਹੀ। ਸਾਨੂੰ ਜਿੰਨੇ ਵੀ ਸਿੰਘ ਸਨ ਇੱਥੇ ਉਹਨਾਂ ਨੂੰ ਫੌਜ ਬਾਹਰ ਕੱਢਦੀ ਰਹੀ ਅਤੇ ਤਲਾਸ਼ੀ ਲੈਂਦੀ ਰਹੀ। ਜਦੋਂ ਸਾਰੇ ਸਿੰਘਾਂ ਨੂੰ ਇਕੱਠੇ ਕਰ ਲਿਆ, ਸਾਰੇ ਬੱਚਿਆਂ ਨੂੰ ਇਕੱਠੇ ਕਰ ਲਿਆ, ਪਹਿਲਾਂ ਜੋ ਬੱਚੇ ਬਾਹਰ ਥੋੜ੍ਹੇ ਬਹੁਤੇ ਰਹਿ ਗਏ ਸਨ ਉਹਨਾਂ ਨੂੰ ਲੰਗਰ ਹਾਲ ਵਿਖੇ ਲਿਜਾ ਕੇ ਡਰਾਇਆ ਧਮਕਾਇਆ ਗਿਆ। ਉਹਨਾਂ ਤੋਂ ਪੁੱਛ ਗਿੱਛ ਕੀਤੀ ਗਈ ਕਿ ਇੱਥੇ ਕਿੰਨੇ ਖਾੜਕੂ ਰਹਿੰਦੇ ਹਨ ਅਤੇ ਇੱਥੇ ਕਿੰਨਾ ਅਸਲਾ ਹੈ। ਪਰ ਇੱਥੇ ਕੋਈ ਵੀ ਅਸਲਾ ਨਹੀਂ ਸੀ, ਕੋਈ ਵੀ ਖਾੜਕੂ ਨਹੀਂ ਸਨ। ਪਿੰਡਾਂ ਦੇ ਸਿੰਘ ਸਨ ਜੋ ਇੱਥੇ ਸੇਵਾ ਵਾਸਤੇ ਆਏ ਸਨ, ਉਹ ਵੀ ਵਿੱਚੇ ਲਪੇਟੇ ਗਏ। ਤਕਰੀਬਨ 125 ਵਿਦਿਆਰਥੀ ਅਤੇ ਸਾਰੇ ਪ੍ਰਬੰਧਕ ਸੱਜਣ ਉਹਨਾਂ ਨੂੰ ਸਾਰਿਆਂ ਨੂੰ ਗੁਰਦੁਆਰਾ ਲਿਖਣਸਰ ਸਾਹਿਬ ਵਿਖੇ ਲਿਜਾ ਕੇ ਉੱਥੇ ਸਾਨੂੰ ਬਿਠਾਇਆ ਗਿਆ ਅਤੇ ਉਹਨਾਂ ਨੇ ਸਾਰੀ ਤਲਾਸ਼ੀ ਲਈ। ਤਲਾਸ਼ੀ ਵੀ ਐਡੀ ਵੱਡੀ ਦਰਦਨਾਕ ਸੀ ਕਿ ਵੇਖ ਕੇ ਬੰਦਾ ਕੰਬ ਜਾਂਦਾ ਸੀ। ਸਾਰੇ ਦਰਵਾਜ਼ੇ ਤੋੜੇ ਗਏ, ਬਾਰੀਆਂ ਤੋੜੀਆਂ ਗਈਆਂ। ਫੌਜ ਦੇ ਪਹਿਰੇ ਵਿੱਚ ਬਹੁਤ ਜ਼ਿਆਦਾ ਇੱਥੇ ਨੁਕਸਾਨ ਹੋਇਆ ਸੀ। ਜਦੋਂ ਦਿਨ ਚੜ੍ਹ ਗਿਆ ਤਾਂ ਕੁਛ ਅਫਸਰ ਸਾਹਿਬਾਨਾਂ ਨੇ ਖਾਣ ਪੀਣ ਬਾਰੇ ਪੁੱਛਿਆ ਵੀ ਇਹਨਾਂ ਨੂੰ ਕੁਛ ਖਵਾਇਆ ਪਿਆਇਆ ਜਾਵੇ, ਤਾਂ ਉਹਨਾਂ ਦੀ ਕੋਈ ਨਾ ਚੱਲੀ। ਅਖੀਰ ਨੂੰ ਜੋ ਇੱਥੋਂ ਦਾ ਲੋਕਲ ਪ੍ਰਸ਼ਾਸਨ ਸੀ ਉਹਦੇ ਕਹਿਣ 'ਤੇ ਔਰ ਫਿਰ ਬੱਚਿਆਂ ਨੂੰ ਦਿਨੇ ਤਕਰੀਬਨ 11-12 ਵਜੇ ਕੋਈ ਰੋਟੀ ਦਾ ਪ੍ਰਬੰਧ ਕੀਤਾ ਗਿਆ।
ਉਦੋਂ ਕਿਹੜੇ ਪ੍ਰਸ਼ਾਦੇ ਲੰਘਦੇ ਸਨ, ਸਾਰੇ ਡਰੇ ਹੋਏ ਸਨ ਵੀ ਕੀ ਹੋ ਜਾਣਾ, ਕਦੋਂ ਗੋਲੀ ਚੱਲ ਜਾਣੀ ਹੈ, ਕੀ ਐਡਾ ਭੈ ਭੀਤ ਸਮਾਂ ਸੀ ਕਿ ਦੇਖ ਕੇ ਦਿਲ ਕੰਬਦਾ ਸੀ। ਸਾਰੇ ਹੀ ਪ੍ਰਬੰਧਕਾਂ ਨੂੰ, ਸਾਰੇ ਵਿਦਿਆਰਥੀਆਂ ਨੂੰ, ਬੱਚਿਆਂ ਨੂੰ ਉੱਥੇ ਲਿਜਾ ਕੇ 5 ਜੂਨ ਦੀ ਰਾਤ ਤੋਂ ਲੈ ਕੇ ਸਾਨੂੰ 9 ਜੂਨ ਤੀਕਰ ਉੱਥੇ ਲਿਖਣਸਰ ਸਾਹਿਬ ਰੱਖਿਆ ਗਿਆ। ਜਿਹੜੇ ਸਾਡੇ ਪ੍ਰਬੰਧਕ ਸਨ, ਸੰਤ ਬਾਬਾ ਮਿੱਠਾ ਸਿੰਘ ਜੀ, ਸੰਤ ਬਾਬਾ ਜੰਗ ਸਿੰਘ ਜੀ, ਜਹਿਦਾਰ ਨਾਰਾਇਣ ਸਿੰਘ ਜੀ, ਹੋਰ ਜਿਹੜੇ ਪ੍ਰਬੰਧਕ ਸਨ, ਪਿੰਡ ਦੇ ਪਤਵੰਤੇ ਸੱਜਣ ਸਨ, ਉਹਨਾਂ ਨੂੰ ਸਾਥੋਂ ਵੱਖ ਕੀਤਾ ਗਿਆ। ਵੱਖ ਕਰਕੇ ਉਹਨਾਂ ਦੀਆਂ ਅਫਵਾਹਾਂ ਉਡਾਈਆਂ ਗਈਆਂ, ਫਲਾਣੇ ਥਾਂ ਸੰਤ ਮਿੱਠਾ ਸਿੰਘ ਨੂੰ ਮਾਰ ਦਿੱਤਾ ਗਿਆ, ਤੁਸੀਂ ਦੱਸ ਦਿਓ ਨਹੀਂ ਸੋਨੂੰ ਵੀ ਮਾਰ ਦਿੱਤਾ ਜਾਵੇਗਾ। ਬੜਾ ਡਰਾਉਂਦੇ ਧਮਕਾਉਂਦੇ ਸਨ ਵੀ ਦੱਸੋ ਅਸਲਾ ਕਿੱਥੇ ਹੈ, ਦੱਸੋ ਕਿੱਥੇ ਸਿੰਘ ਨੇ, ਅਤੇ ਤੁਸੀਂ ਇੱਥੇ ਕੀ ਕਰਦੇ ਰਹੇ ਹੋ, ਲੁੱਟਾਂ ਖੋਹਾਂ ਕਰਦੇ ਰਹੇ ਹੋ। ਪਰ ਜੋ ਸੱਚਾਈ ਸੀ ਉਹ ਸਾਰੀਆਂ ਸੰਗਤਾਂ ਦੇ ਸਾਹਮਣੇ ਸੀ। 5 ਦਿਨ ਪਿੰਡ ਦੇ ਵਿੱਚ ਕਰਫਿਊ ਲੱਗਿਆ ਰਿਹਾ। 5 ਦਿਨ ਦੇ ਵਿੱਚ ਕੋਈ ਵੀ ਕਿਸੇ ਦਾ ਮਿਲਾਪ ਨਹੀਂ ਹੋਇਆ, ਕਿਸੇ ਨੂੰ ਮਿਲਣ ਨਹੀਂ ਦਿੱਤਾ ਗਿਆ। ਹਾਲਾਂਕਿ ਬਾਹਰੋਂ ਪਿੰਡਾਂ 'ਚੋਂ ਬੰਦਿਆਂ ਨੂੰ ਲਿਆ ਕੇ ਗ੍ਰਿਫਤਾਰ ਕਰਕੇ ਇੱਥੇ ਰੱਖਿਆ ਗਿਆ। 9 ਤਰੀਕ ਦੀ ਰਾਤ ਨੂੰ ਤਕਰੀਬਨ ਸ਼ਾਮ ਨੂੰ ਕੋਈ 5 ਕੁ ਵਜੇ ਇੱਕ ਅਫਸਰ ਸਾਹਿਬਾਨ ਬੋਲਿਆ ਕਿ ਹੁਣ 2 ਘੰਟੇ ਕਰਫਿਊ ਖੁੱਲ੍ਹੇਗਾ, ਪਰ ਤੁਸੀਂ ਸ਼ਹਿਰ ਨਹੀਂ ਜਾ ਸਕੋਗੇ, ਤੁਸੀਂ ਆਪੋ ਆਪਣੇ ਕਮਰਿਆਂ 'ਚ ਨਹੀਂ ਜਾ ਸਕੋਗੇ, ਅਤੇ ਤੁਸੀਂ ਤਖ਼ਤ ਸਾਹਿਬ 'ਤੇ ਇੱਥੇ ਲਿਖਣਸਰ ਸਾਹਿਬ ਵੀ ਰਹੋਗੇ। ਅਸੀਂ ਸਾਰੇ ਵਿਦਿਆਰਥੀ ਜੋ ਪਿੰਡਾਂ 'ਚੋਂ ਸਿੰਘਾਂ ਨੂੰ ਫੜ ਕੇ ਲਿਆਂਦਾ ਸੀ ਉਹਨਾਂ ਨੂੰ ਅੱਡੋ ਅੱਡ ਰੱਖਿਆ ਗਿਆ। ਫਿਰ ਸੰਤ ਬਾਬਾ ਮਿੱਠਾ ਸਿੰਘ ਜੀ, ਸੰਤ ਬਾਬਾ ਜੰਗ ਸਿੰਘ ਜੀ, ਇਹਨਾਂ ਸਾਰੇ ਸਿੰਘਾਂ ਨੂੰ ਬਾਹਰ ਪੁਲਿਸ ਲੈ ਗਈ ਅਤੇ ਸਾਨੂੰ ਨਹੀਂ ਮਿਲਣ ਦਿੱਤਾ। ਅਸੀਂ ਤਾਂ ਇਹਨਾਂ ਨੂੰ ਤਕਰੀਬਨ ਜੂਨ ਦੇ ਐਂਡ 'ਤੇ ਜਾ ਕੇ ਸਾਨੂੰ ਜਦੋਂ ਪਤਾ ਲੱਗਿਆ, ਜਦੋਂ ਇਹਨਾਂ ਨੂੰ ਜੇਲ੍ਹ 'ਚ ਲੈ ਗਏ, ਸਾਨੂੰ ਫਿਰ ਰਿਹਾਅ ਕਰ ਦਿੱਤਾ ਗਿਆ। ਫਿਰ ਅਸੀਂ ਉੱਥੇ ਇਹਨਾਂ ਨੂੰ ਮਿਲਣ ਗਏ। ਇਹ ਸਾਕਾ ਪਿੰਡ ਵਾਲਿਆਂ ਨੇ ਹੰਢਾਇਆ, ਜਿੱਥੇ ਜਿੱਥੇ ਫੌਜ ਦਾ ਪਹਿਰਾ ਸੀ ਉੱਥੇ ਉੱਥੇ ਪਿੰਡਾਂ ਵਾਲਿਆਂ ਨੇ ਹੰਢਾਇਆ, ਇੱਕ ਦੂਜੇ ਨੂੰ ਦੂਰ ਕਰਕੇ ਰੱਖਿਆ ਗਿਆ। ਪਿੰਡਾਂ 'ਚੋਂ ਤਕਰੀਬਨ 1 ਹਫ਼ਤਾ ਦਮਦਮਾ ਸਾਹਿਬ ਕੋਈ ਸੰਗਤ ਨਹੀਂ ਆ ਸਕੀ। ਸੋ ਇਹ ਬਹੁਤ ਹੀ ਦਰਦਨਾਕ ਸਾਕਾ ਸੀ।